ਆਪਾਂ ਹੁਣ ਪਹੁੰਚ ਚੁੱਕੇ ਹਾਂ ਭਗਤ ਨਾਮਦੇਵ ਜੀ ਦੇ ਪਿੰਡ ਵਿਖੇ ਜੀ। ਇਹ ਆ ਉਹਨਾਂ ਦਾ ਪਿੰਡ ਜੀ, ਤੁਹਾਨੂੰ ਉਹਨਾਂ ਦਾ ਪਿੰਡ ਦਿਖਾਉਂਦੇ ਹਾਂ, ਉਹਨਾਂ ਦਾ ਘਰ ਦਿਖਾਉਂਦੇ ਹਾਂ। ਗੱਡੀ ਲਾਤੀ ਪਾਰਕਿੰਗ ਦੇ ਵਿੱਚ ਆਪਾਂ, ਅਤੇ ਸੰਗਤ ਉਤਰ ਰਹੀ ਆ। ਚੱਲਦੇ ਹਾਂ ਆਪਾਂ ਭਗਤ ਨਾਮਦੇਵ ਜੀ ਦੇ ਘਰ ਵੱਲ ਨੂੰ ਜੀ, ਦਰਸ਼ਨ ਕਰਦੇ ਉਹਨਾਂ ਦੇ ਘਰ ਦੇ ਜੀ। ਬਣੇ ਰਹੋ ਪੂਰੀ ਵੀਡੀਓ ਦੇ ਵਿੱਚ ਜੀ ਸਾਡੇ ਨਾਲ। ਇਹ ਆ ਜੀ ਭਗਤ ਨਾਮਦੇਵ ਜੀ ਦਾ ਇਤਿਹਾਸਿਕ ਪਿੰਡ ਜੀ, ਜਿਸ ਜਗ੍ਹਾ 'ਤੇ ਭਗਤ ਨਾਮਦੇਵ ਜੀ ਦਾ ਜਨਮ ਹੋਇਆ। ਸ਼੍ਰੋਮਣੀ ਭਗਤ ਨਾਮਦੇਵ ਜੀ ਇੱਥੇ ਦੀਆਂ ਗਲੀਆਂ ਦੇ ਵਿੱਚ ਖੇਡੇ, ਛੋਟੇ ਹੁੰਦੇ ਪਲੇ ਇਸ ਪਿੰਡ ਦੇ ਵਿੱਚ ਜੀ। ਚੱਲਦੇ ਆਪਾਂ ਭਗਤ ਨਾਮਦੇਵ ਦੇ ਘਰ ਵੀ ਦੇਖਦੇ ਹਾਂ ਜੀ। ਇਹ ਗਲੀਆਂ ਨੇ ਉਹ ਜਿੱਥੇ ਉਹ ਖੇਡੇ ਹੋਣੇ ਆ, ਬਚਪਨ ਬਿਤਾਇਆ ਉਹਨਾਂ ਨੇ। ਇਹ ਆ ਜੀ ਸ਼੍ਰੋਮਣੀ ਭਗਤ ਨਾਮਦੇਵ ਜੀ ਦਾ ਘਰ ਜੀ, ਪੜ੍ਹ ਸਕਦੇ ਹੋ ਤੁਸੀਂ। ਜਨਮ ਸਥਾਨ ਸ਼੍ਰੋਮਣੀ ਭਗਤ ਨਾਮਦੇਵ ਜੀ ਮਹਾਰਾਜ, ਨਰਸੀ, ਜ਼ਿਲ੍ਹਾ ਹੰਗੋਲੀ ਜੀ। ਧੰਨ ਧੰਨ ਬਾਬਾ ਨਾਮਦੇਵ ਜੀ, ਬਾਬਾ ਜੀ ਦਾ ਘਰ ਜੀ। ਦਰਸ਼ਨ ਕਰਦੇ ਹਾਂ ਆਪਾਂ ਬਾਬਾ ਜੀ ਦੇ ਘਰ ਦੇ ਜੀ, ਜਿਸ ਜਗ੍ਹਾ ਜਨਮ ਹੋਇਆ ਭਗਤ ਜੀ ਦਾ, ਇਸ ਜਗ੍ਹਾ 'ਤੇ ਜਨਮ ਹੋਇਆ। ਇਹ ਆ ਜਗ੍ਹਾ ਜੀ ਜਿੱਥੇ ਸ਼੍ਰੋਮਣੀ ਭਗਤ ਨਾਮਦੇਵ ਜੀ ਦਾ ਜਨਮ ਹੋਇਆ ਜੀ। ਇਹ ਆ ਜੀ ਉਹ ਪਵਿੱਤਰ ਘਰ। ਇਹ ਆ ਜੀ ਉਹ ਘਰ, ਇਸ ਦਾ ਧੰਨ ਹੋ ਗਿਆ, ਕੰਧਾਂ ਨੂੰ ਛੂ ਕੇ ਜੀ। ਇਹ ਘਰ ਜੀ, ਇਹ ਅੰਦਰ ਤੋਂ ਆ ਜੀ। ਸ਼੍ਰੋਮਣੀ ਭਗਤ ਨਾਮਦੇਵ ਜੀ ਦੇ ਇਸ ਘਰ ਵਿੱਚ ਪਹਿਲਾਂ ਇੱਕ ਹੀ ਦਰਵਾਜ਼ਾ ਹੁੰਦਾ ਸੀ। ਸੰਗਤ ਦੇ ਬਾਹਰ ਨਿਕਲਣ ਵਿੱਚ ਬਹੁਤ ਪਰੇਸ਼ਾਨੀ ਆਉਂਦੀ ਸੀ, ਇਸ ਲਈ ਇਸ ਘਰ ਦੇ ਹੁਣ ਦੋ ਦਰਵਾਜ਼ੇ ਬਣਾ ਦਿੱਤੇ ਗਏ ਹਨ ਜੀ। ਅਤੇ ਅੱਗੇ ਆਉਣ ਵਾਲੇ ਗੁਰਦੁਆਰਾ ਸਾਹਿਬ ਦੇ, ਜਿਸ ਦੇ ਆਪਾਂ ਦਰਸ਼ਨ ਕਰਾਂਗੇ ਇਸ ਘਰ ਤੋਂ ਬਾਅਦ ਜੀ, ਉੱਥੇ ਇਸ ਘਰ ਦੇ ਦਰਵਾਜ਼ੇ ਦੀ ਚੁਗਾਟ ਸਾਂਭ ਕੇ ਰੱਖੀ ਹੋਈ ਹੈ ਜੀ। ਇਸ ਲਈ ਸਾਡੇ ਨਾਲ ਪੂਰੀ ਵੀਡੀਓ ਦੇ ਵਿੱਚ ਬਣੇ ਰਹੋ, ਆਪਾਂ ਉਸ ਚੁਗਾਟ ਦੇ ਦਰਸ਼ਨ ਵੀ ਕਰਾਂਗੇ ਜੀ। ਕਿਸੇ ਗੁਰਦੁਆਰਾ ਸਾਹਿਬ ਨੇ ਕਹਿਣਾ ਚਾਹੀਦਾ, ਸਮੇਂ ਦੀ ਲੋੜ ਹੈ, ਉਚਾਰ ਦੀ ਲੋੜ ਹੈ। ਅੱਜ ਕੱਲ੍ਹ ਦੇਖਣ ਦੇ ਵਿੱਚ ਆਇਆ, ਸੁਣਨ ਦੇ ਵਿੱਚ ਆਇਆ, ਬਜ਼ੁਰਗਾਂ ਦੀ ਸੇਵਾ ਨਹੀਂ ਹੋ ਰਹੀ। 20-25% ਬੱਚੇ ਬੜੀ ਮੁਸ਼ਕਲ ਨਾਲ ਹੋਣਗੇ ਜਿਹੜੇ ਮਾਂ ਬਾਪ ਦੀ ਸੇਵਾ ਕਰਦੇ ਹੋਣ। ਦਾਸ ਨੂੰ ਲੁਧਿਆਣੇ ਬਿਰਧ ਆਸ਼ਰਮ ਜਾਣ ਦਾ ਮੌਕਾ ਮਿਲਿਆ। ਉੱਥੇ ਇੱਕ ਬਿਰਧ ਜੋੜਾ ਬੈਠਾ ਤਾਂ ਦਾਸ ਨੇ ਪੁੱਛਿਆ, ਬਾਬਾ ਜੀ ਤੁਹਾਡਾ ਕੋਈ ਹੈ? ਆਪਾਂ ਦਰਸ਼ਨ ਕਰ ਲੈਂਦੇ ਜੀ ਭਗਤ ਨਾਮਦੇਵ ਜੀ ਦੇ ਇਸ ਘਰ ਦੇ ਜੀ। ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ, ਲਾਈਕ ਕਮੈਂਟ ਵੀ ਜ਼ਰੂਰ ਕਰਿਓ ਜੀ। ਅੰਦਰ ਦੇ ਬਾਹਰ ਨਾ ਇਸ ਵੀਰ ਦੀ ਦੁਕਾਨ ਆ, ਆਪਣੇ ਜਿਹੜੇ ਜ਼ਿਆਦਾਤਰ ਪੰਜਾਬੀ ਨੇ
ਇਸ ਵੀਰ ਤੋਂ ਹੀ ਸਮਾਨ ਖਰੀਦਦੇ ਨੇ ਅਤੇ ਵੀਰ ਦਾ ਰੇਟ ਵੀ ਬਹੁਤ ਵਧੀਆ ਜੀ। ਜਾਣੀ ਇਹ ਭਗਤ ਨਾਮਦੇਵ ਜੀ ਦਾ ਦੇਖੋ ਸਾਹਮਣੇ ਘਰ ਆ, ਉਹਦੇ ਬਾਹਰ ਇਹ ਵੀਰ ਦੀ ਸ਼ੋਪ ਆ। ਜਾਣੀ ਕਈ ਬੰਦਿਆਂ ਨੂੰ 20-20 ਸਾਲ ਹੋ ਗਏ ਜਾਣੀ ਆਉਂਦਿਆਂ ਨੂੰ, ਉਹ ਇਸੇ ਬੰਦੇ ਤੋਂ ਸਮਾਨ ਖਰੀਦਦੇ ਨੇ ਜੀ। ਵੀਰ ਹਲਦੀ ਕੀ ਰੇਟ ਆ? ਹਲਦੀ ਆ ਜੀ 100 ਦੀ 1.5 ਕਿਲੋ। ਹੋਰ ਦੱਸੋ ਜੀ, ਸੌਂਫ 100 ਦਾ ਪਾਈਆ। ਕਾਲੀ ਮਿਰਚ ਜੀ 180 ਦਾ ਪਾਈਆ, 200 ਦਾ ਪਾਈਆ। 200 ਰੁਪਏ ਦੀ ਪਾਈ ਆ ਜੀ ਕਾਲੀ ਮਿਰਚ ਜੀ। ਜਾਣੀ ਬਹੁਤ ਹੀ ਘੱਟ ਰੇਟਾਂ 'ਤੇ ਵੀਰ ਸਮਾਨ ਵੇਚਦਾ ਆ। ਜਦੋਂ ਕਦੇ ਵੀ ਆਓ ਤੁਸੀਂ ਇਸ ਤੋਂ ਕਾਜੂ ਬਦਾਮ ਕੁਛ ਵੀ ਲੈਣਾ ਆ, ਖੜ੍ਹੇ ਮਸਾਲੇ ਸੁੱਕੇ ਮਸਾਲੇ ਲੈ ਸਕਦੇ ਹੋ ਜੀ। ਕਾਜੂ ਬਦਾਮ 600 ਰੁਪਏ, ਕਾਜੂ ਬਦਾਮ 600 ਰੁਪਏ ਜੀ ਕਿਲੋ ਜੀ। ਹਲਦੀ 100 ਦੀ 1.5 ਕਿਲੋ ਜੀ। ਜੀਰਾ 400 ਹੈ 500 ਹੈ? ਜੀਰਾ 400 500 ਰੁਪਏ, ਦਸੰਬਰ ਚੱਲ ਰਿਹਾ, ਦਸੰਬਰ 1, 2023। ਦੁਕਾਨ ਦੇ ਉੱਤੇ ਕਿਵੇਂ ਆਪਣੇ ਪੰਜਾਬੀਆਂ ਨੇ ਲੁੱਟ ਪਾਤੀ, ਸਾਰੇ ਜਣੇ ਜਾਣੀ ਆਪਣੇ ਘਰ ਲਈ ਜੀ ਜ਼ਰੂਰੀ ਸਮਾਨ ਖਰੀਦ ਰਹੇ ਨੇ। ਇਹ ਨੇ ਉਹ ਗਲੀਆਂ ਜੀ ਜਿੱਥੇ ਭਗਤ ਨਾਮਦੇਵ ਜੀ ਘੁੰਮਦੇ ਹੋਣੇ, ਕਿਸੇ ਟਾਈਮ ਫਿਰਦੇ ਹੋਣੇ ਆ ਨਾ ਗਲੀਆਂ ਦੇ ਵਿੱਚ ਜੀ, ਸ਼੍ਰੋਮਣੀ ਭਗਤ ਨਾਮਦੇਵ ਜੀ। ਇਹ ਪਿੰਡ ਆ ਉਹਨਾਂ ਦਾ ਜੀ, ਭਗਤ ਜੀ ਦਾ ਇਹ ਘਰ ਨੇ ਦੇਖੋ ਤੁਸੀਂ, ਉਸੇ ਤਰ੍ਹਾਂ ਪੁਰਾਣਾ ਜਿਹਾ ਪਿੰਡ ਆ ਇਹ, ਤੁਸੀਂ ਦੇਖ ਸਕਦੇ ਹੋ ਗਲੀਆਂ, ਇਹਨਾਂ 'ਚ ਖੇਡ ਕੇ ਵੱਡੇ ਹੋਏ ਹੋਣੇ ਆ ਭਗਤ, ਸ਼੍ਰੋਮਣੀ ਭਗਤ ਨਾਮਦੇਵ ਜੀ। ਇਹ ਗਲੀਆਂ ਨੇ ਜੀ, ਉਹ ਇਹਨਾਂ ਰਾਹਾਂ ਉੱਤੇ ਦੀ ਲੰਘਦੇ ਹੋਣੇ ਆ। ਜਾਣੀ ਪਿੰਡ ਦੀ ਇੱਕ ਗੱਲ ਸੱਚ ਮੈਂ ਤੁਹਾਨੂੰ ਦੱਸ ਦੇਵਾਂ, ਜਾਣੀ ਪਿੰਡ ਦੀ ਹਾਲਤ ਕੋਈ ਵਧੀਆ ਨਹੀਂ ਹੈਗੀ, ਥੋੜ੍ਹੀ ਖਸਤਾ ਜੀ ਹਾਲਤ ਆ। ਜਾਣੀ ਗਰੀਬੀ ਲਾ ਲਓ ਜਾਂ ਤਾਂ ਹੈ ਨਾ, ਥੋੜ੍ਹੇ ਹੈਗੇ ਆ। ਜਾਣੀ ਬਹੁਤ ਜ਼ਿਆਦਾ ਕੰਮ ਹੋਣ ਵਾਲਾ ਇਸ ਪਿੰਡ ਦੇ ਉੱਤੇ, ਭਗਤ ਜੀ ਦੇ ਪਿੰਡ ਦੇ ਉੱਤੇ। ਇਹ ਪਿੰਡ ਆ ਜੀ ਸ਼੍ਰੋਮਣੀ ਭਗਤ ਨਾਮਦੇਵ ਜੀ ਦਾ ਜੀ, ਤੁਸੀਂ ਦੇਖ ਸਕਦੇ ਹੋ ਇਹ ਦੁਕਾਨਾਂ ਬਣੀਆਂ ਹੋਈਆਂ ਨੇ। ਇਹ ਪਿੰਡ ਆ ਜੀ ਉਹਨਾਂ ਦਾ ਜਿੱਥੇ ਜਨਮ ਹੋਇਆ ਸੀ ਉਹਨਾਂ ਦਾ। ਇਹ ਬਜ਼ੁਰਗ ਨੇ ਇਸ ਪਿੰਡ ਦੇ ਜੀ, ਇਹ ਮਾਤਾਵਾਂ ਨੇ ਇਸ ਪਿੰਡ ਦੀਆਂ। ਆਪਾਂ ਸਭ ਨੇ ਸ਼੍ਰੋਮਣੀ ਭਗਤ ਨਾਮਦੇਵ ਜੀ ਦੇ ਘਰ ਦੇ ਦਰਸ਼ਨ ਕਰ ਲਏ ਹਨ ਜੀ। ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਹੈ ਤਾਂ ਵੀਡੀਓ ਨੂੰ ਲਾਈਕ ਕਰ ਦਿਉ। ਹੁਣ ਆਪਾਂ ਚੱਲਾਂਗੇ ਗੁਰਦੁਆਰਾ ਜਨਮ ਸਥਾਨ ਦੇ ਵੱਲ ਜੀ। ਸਾਡੇ ਨਾਲ ਪੂਰੀ ਵੀਡੀਓ ਦੇ ਐਂਡ ਤੱਕ ਬਣੇ ਰਹੋ ਜੀ। ਵੀਡੀਓ ਨੂੰ ਸ਼ੇਅਰ ਕਰਨਾ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ। ਆਓ ਚੱਲਦੇ ਹਾਂ ਜੀ, ਆਪਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦੇ ਹਾਂ ਜੀ। ਹੁਣ ਆਪਾਂ ਪਹੁੰਚ ਚੁੱਕੇ ਹਾਂ ਜੀ ਗੁਰਦੁਆਰਾ ਜਨਮ ਅਸਥਾਨ ਸ਼੍ਰੋਮਣੀ ਭਗਤ ਨਾਮਦੇਵ ਜੀ ਦੇ ਜੀ। ਇਹ ਸਥਾਨ ਰੋਡ ਉੱਪਰ ਹੀ ਬਣਿਆ ਹੋਇਆ ਹੈ।
ਭਗਤ ਨਾਮਦੇਵ ਜੀ ਦੇ ਘਰ ਦੇ ਦਰਸ਼ਨ ਕਰਨ ਵਾਲੀਆਂ ਸੰਗਤਾਂ ਇਸ ਸਥਾਨ 'ਤੇ ਜਾਣ ਲੱਗੀਆਂ ਜ਼ਰੂਰ ਆਉਂਦੀਆਂ ਨੇ ਜੀ। ਇਹ ਸਥਾਨ ਬਹੁਤ ਹੀ ਵੱਡਾ ਬਣਿਆ ਹੋਇਆ ਹੈ। ਗੱਡੀ ਨੂੰ ਪਾਰਕਿੰਗ 'ਚ ਲਗਾ ਕੇ ਆਪਾਂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਕਰਦੇ ਹਾਂ ਜੀ। ਆਓ ਚੱਲੀਏ ਜੀ। ਚੰਗੀ ਤਰ੍ਹਾਂ ਹੱਥ ਪੈਰ ਧੋ ਕੇ ਜੀ ਆਪਾਂ ਚੱਲਦੇ ਹਾਂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਕਰਦੇ ਹਾਂ ਜੀ। ਜੇਕਰ ਤੁਸੀਂ ਸਾਡੇ ਚੈਨਲ ਉੱਪਰ ਪਿਛਲੀ ਵੀਡੀਓ ਦੇ ਵਿੱਚ ਭਗਤ ਨਾਮਦੇਵ ਜੀ ਦੁਆਰਾ ਘੁਮਾਏ ਗਏ ਮੰਦਿਰ ਦੇ ਦਰਸ਼ਨ ਨਹੀਂ ਕੀਤੇ ਹਨ ਤਾਂ ਸਾਡੇ ਚੈਨਲ ਉੱਪਰ ਜਾ ਕੇ ਤੁਸੀਂ ਉਹ ਵੀਡੀਓ ਦੇਖ ਸਕਦੇ ਹੋ ਜਾਂ ਫਿਰ ਆਈ ਬਟਨ 'ਤੇ ਕਲਿੱਕ ਕਰਕੇ ਉਸ ਵੀਡੀਓ ਨੂੰ ਦੇਖ ਸਕਦੇ ਹੋ ਜੀ। ਡਿਸਕ੍ਰਿਪਸ਼ਨ ਵਿੱਚ ਵੀ ਉਸ ਵੀਡੀਓ ਦਾ ਲਿੰਕ ਪਾਇਆ ਹੋਇਆ ਜੀ, ਤੁਸੀਂ ਉੱਥੇ ਜਾ ਕੇ ਵੀ ਵੀਡੀਓ ਨੂੰ ਦੇਖ ਸਕਦੇ ਹੋ ਜੀ। ਜਿਉਂ ਜਿਉਂ ਨਾ ਆਮਾ ਮਾਰੇ ਭੋਣੇ ਉੱਚਰੈ ਜਿਉਂ ਜਿਉਂ ਨਾ ਐ ਭਗਤ ਜਨ ਕੋ ਦੇਹੋ ਰਾ ਫਿਰੈ ਭਗਤ ਮੰਦਰੇ ਘੁਮਾ ਦਿੱਤਾ ਸਾਰਿਆਂ ਦੇ ਦਰਵਾਜ਼ੇ ਚੜ੍ਹਦੀ ਵੱਲ ਹੈ। ਇੱਕ ਇਹੀ ਮੰਦਰ ਹੈ ਜਿਹਦਾ ਦਰਵਾਜ਼ਾ ਸ਼ਬਦੀ ਮਨ ਨਾਮਦੇਵ ਜੀ ਦੀ ਵੱਲ। ਤੁਸੀਂ ਦੇਖੋਗੇ ਜਿਹੜੇ ਲੋਕ ਧੱਕੇ ਮਾਰਦੇ ਸੀ ਨਾ ਲੋਕ ਕਹਿਣਗੇ ਗੋਣਾ ਪਾਏ ਤਾਂ ਸਾਰੀ ਸੰਗਤ ਉੱਠ ਕੇ ਪ੍ਰਸ਼ਾਦ ਲਵੋ ਇਹਦੇ ਆਸ ਛੱਪੇ ਪਏ ਨੇ ਬਾਹਰੋਂ ਮਿਲਦੇ ਨੇ ਜਪਦੇ ਜਾਈਏ ਸਤਨਾਮ ਗੁਰੂ ਕੇ ਲੰਗਰ ਤਿਆਰ ਨੇ ਜੀ। ਅਜੋ ਛਕਦੇ ਹਾਂ ਚਾਹ ਅਤੇ ਨਾਲ ਪ੍ਰਸ਼ਾਦਾ ਜਿੰਨੀ ਜਿੰਨੀ ਲੋੜ ਆ। ਆਪਾਂ ਸਭ ਨੇ ਮਿਲ ਕੇ ਸ਼੍ਰੋਮਣੀ ਭਗਤ ਨਾਮਦੇਵ ਜੀ ਨਾਲ ਸੰਬੰਧਿਤ ਸਾਰੇ ਸਥਾਨਾਂ ਦੇ ਦਰਸ਼ਨ ਕਰ ਲਏ ਹਨ ਜੀ।
ਜੇਕਰ ਤੁਹਾਨੂੰ ਵੀਡੀਓਜ਼ ਚੰਗੀਆਂ ਲੱਗੀਆਂ ਤਾਂ ਵੀਡੀਓਜ਼ ਨੂੰ ਲਾਈਕ ਕਰ ਦਿਓ, ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਹੁਣ ਆਪਾਂ ਅਗਲੀ ਵੀਡੀਓ ਦੇ ਵਿੱਚ ਮਿਲਾਂਗੇ ਜੀ, ਗੁਰਦੁਆਰਾ ਸ਼੍ਰੀ ਨਾਨਕ ਚੀਰਾ ਸਾਹਿਬ ਦੇ, ਉੱਥੇ ਦਰਸ਼ਨ ਕਰਾਂਗੇ ਜੀ। ਇਸ ਲਈ ਸਾਡੇ ਚੈਨਲ ਦੇ ਨਾਲ ਬਣੇ ਰਹੋ। ਤਦ ਤੱਕ ਲਈ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ।